सत श्रीकाल जी, पिंड चक भाई के आए हुए हैं। बई करमजीत सिंह जी के घर खड़े हैं, तो नाल बई हरी सिंह जी मौजूद ने। सो पहला एक वीडियो पाई सी आपां बाज दे रिलेटड, जिस बई जी उन्हां तो काफ़ी गल्लां सीखियां सी भी बाज नूं किवें रखना, की उहदी डाइट आ ते की उहदी ट्रेनिंग हुंदी आ। सो अज तुसीं साडी बैकग्राउंड च घोड़ियां देख रहे होंगे। सो जिवें मैं पहली वीडियो च दस्सिया सी, बई हुणी डॉग्स हो गया, घोड़ियां हो गया, बाज हो गए, इन्हां नूं ट्रेन करदे आ। सो अज आपां बाई जी होरां तों इस वीडियो दे विच घोड़ियां दे दी जिहड़ी आ जानकारी लैणी आ, वी की इहनां दी डाइट हुंदी आ, की चीज़ां दा ध्यान रखना पैंदा, किवें इह इहनां नूं ट्रेन करदे ने। बाई जी स्वागत है एक वारी फिर। वाहिगुरू जी का खालसा, वाहिगुरू जी की फतेह। बाई जी बहुत बहुत धन्यवाद साडे कोल पहुंचण ते। जी जी, तो बाई जी आपां सब तों पहलां मेरे दर्शकां नूं आपां ज़्यादा टाइम ना लईए, मैं चाहुंदा भी आपां छोटी वीडियो दे विच ज़्यादा गल्लां जिहड़ियां लोकां नूं जिहड़े घोड़ियां रखण दे शौकीन ने, जां अज सोच रहे ने वी असीं घोड़ियां दा जिहड़ा ਘੋੜੀਆਂ ਰੱਖਣੀਆਂ ਨੇ, ਜਾਂ ਕਈ ਬੰਦੇ ਬਿਜ਼ਨਸ ਵੀ ਕਰਦੇ ਆ ਵੀ ਅਸੀਂ ਉਹ ਚੀਜ਼ ਕਰਨੀ ਹੈ, ਤਾਂ ਆਪਾਂ ਉਹਨਾਂ ਨੂੰ ਜਿਹੜੀਆਂ ਇਹਦੀਆਂ ਬਰੀਕੀਆਂ ਨੇ ਉਹ ਜ਼ਰੂਰ ਦੱਸੀਏ। ਆਪਣੇ ਕੋਲ ਬਾਬਾ ਜੀ ਕਿਹੜੀਆਂ ਕਿਹੜੀਆਂ ਮਤਲਬ ਕਿ ਨਸਲ ਦੀਆਂ ਘੋੜੀਆਂ ਨੇ ਇਸ ਵਕਤ ਆਪਣੇ ਕੋਲ? ਜਿਹੜੀ ਬਰੀਡ ਖੜੀ ਹੈ ਜੀ, ਸਿਰਫ ਨੁਕਰੇ ਬਰੀਡ ਹੈ, ਨੁਕਰਾ ਹੀ ਜਿੰਨਾ ਜਾਨਵਰ ਹੈ, ਨੁਕਰਾ ਬਰੀਡ ਹੈ ਜੀ। ਜੀ, ਯਾਨੀ ਕਿ ਜਿਹੜਾ ਪਿਓਰ ਬਾਈਟ ਹੁੰਦਾ ਜੀ? ਬਿਲਕੁਲ ਬਾਈਟ ਜੀ। ਜੀ ਆ ਜਾਓ, ਨਾਲ ਨਾਲ ਆਪਾਂ ਜਾਣੇ ਵੀ ਹਾਂ ਅਤੇ ਦੱਸਦੇ ਵੀ ਹਾਂ ਜੀ। ਅਤੇ ਬਾਬਾ ਜੀ ਮਤਲਬ ਕਿ ਜਿਵੇਂ ਮੈਂ ਪਹਿਲਾਂ ਵੀ ਤੁਹਾਡੇ ਨਾਲ ਗੱਲਬਾਤ ਕਰੀ ਆ, ਵੀ ਇਹਨੂੰ ਇੱਦਾਂ ਦੀ ਡਾਇਟ ਵਗੈਰਾ ਦਾ ਵੀ ਇਹਨਾਂ ਨੂੰ ਛਾਣ ਕੇ ਸਾਰਾ ਕੁਝ ਪਾਉਣਾ ਪੈਂਦਾ, ਜਾਂ ਕਿਵੇਂ ਕੀ ਕੁਝ ਹੁੰਦਾ ਉਹਦਾ ਪ੍ਰੋਸੀਜਰ? ਬਿਲਕੁਲ ਬਾਈ ਜੀ, ਜੋ ਘੋੜਾ ਇਹ ਵੀ ਇੱਕ ਬੜਾ ਰੇਅਰ ਜਿਹਾ ਜਾਨਵਰ ਹੈ ਜੀ, ਇਸ ਨੂੰ ਵੀ ਬੜੀ ਦੇਖ ਰੇਖ ਦੀ ਲੋੜ ਪੈਂਦੀ ਹੈ, ਜਿਸ ਤਰ੍ਹਾਂ ਆਮ ਜਾਨਵਰ ਦੇ ਵਾਂਗ ਇਹਦੀ ਦੇਖ ਰੇਖ ਨਹੀਂ ਕੀਤੀ ਜਾਂਦੀ, ਜੋ ਇਸ ਨੂੰ ਤੂੜੀ ਪੱਠਾ ਜੋ ਵੀ ਹੈ ਝਾੜ ਕੇ ਪਾਉਣਾ ਪੈਂਦਾ, ਜੋ ਕਿ ਰੀਂ ਹੈ ਜਾਂ ਮਿੱਟੀ ਹੈ ਉਹ ਇਹਦੇ ਅੰਦਰ ਨਾ ਜਾ ਸਕੇ, ਇਸਦਾ ਬੜਾ ਕੇਅਰ ਦਾ ਧਿਆਨ ਰੱਖਣਾ ਪੈਂਦਾ ਅਤੇ ਸਾਫ਼ ਸੁਥਰਾ ਵੀ ਇਸਨੂੰ ਰੱਖਣਾ ਪੈਂਦਾ ਜੀ। ਜੀ, ਅਤੇ ਬਾਬਾ ਜੀ ਇੱਕ ਚੀਜ਼ ਹੋਰ ਹੈ ਵੀ ਮਤਲਬ ਕਿ ਮੈਂ ਸੁਣਿਆ ਜਿੰਨੇ ਵੀ ਮੇਰੇ ਸੱਜਣ ਜਾਂ ਜਿਹਨਾਂ ਨੂੰ ਮੈਂ ਜਾਣਦਾ ਉਹ ਘੋੜੀਆਂ ਰੱਖਦੇ ਨੇ, ਉਹ ਕਹਿੰਦੇ ਵੀ ਜਦੋਂ ਇਹ ਕੋਈ ਬਿਮਾਰ ਹੋ ਜਾਂਦੀ ਹੈ ਇਹਦਾ ਬਿਲਕੁਲ ਜਿਹੜਾ ਟ੍ਰੀਟਮੈਂਟ ਆ ਉਹ ਨੋਰਮਲ ਇਨਸਾਨ ਵਾਂਗੂ ਹੁੰਦਾ, ਇਹਦੇ ਜਿੱਦਾਂ ਆਪਾਂ ਮਤਲਬ ਕਿ ਆਪਣੇ ਘਰ ਮੱਝ ਜਾਂ ਗਾਂ ਰੱਖੀ ਹੁੰਦੀ ਉਹਦੇ ਆਪਾਂ ਡਾਇਰੈਕਟ ਟੀਕਾ ਲਾ ਦਿੰਦੇ ਹਾਂ, ਵੀ ਇਹਨਾਂ ਦੇ ਉਵੇਂ ਟੀਕਾ ਨਹੀਂ ਲੱਗਦਾ, ਇਹਨਾਂ ਦੇ ਕੋਈ ਨਾੜ ਵਗੈਰਾ ਦੇ ਵਿੱਚ ਕੀ ਗੱਲਾਂ ਬਾਕੀ ਸਹੀ ਨੇ? ਬਿਲਕੁਲ ਜੀ ਬਿਲਕੁਲ, ਜੋ ਘੋੜਾ ਹੈ ਇਹ ਇੱਕ ਇਨਸਾਨ ਦੀ ਤਰ੍ਹਾਂ ਹੀ ਹੈ, ਜੋ ਆਮ ਪਸ਼ੂ ਹੁੰਦਾ ਉਸਦੇ 3 ਪੇਟ ਹੁੰਦੇ ਨੇ ਜੀ, ਜੋ ਕਿ ਆਪਦਾ ਖਾਣਾ ਖਾ ਲੈਂਦੇ ਨੇ, ਉਸ ਤੋਂ ਬਾਅਦ ਜੋ ਗਾਲੀ ਕਰਦੇ ਨੇ, ਜੋ ਕਿ ਘੋੜਾ ਇੱਕ ਇਨਸਾਨ ਦੀ ਤਰ੍ਹਾਂ ਹੀ ਖਾਂਦਾ, ਇਹਦੇ 1 ਪੇਟ ਹੁੰਦਾ ਜੀ, 1 ਵਾਰ ਖਾ ਲੈਂਦਾ ਅਤੇ ਦੂਜੀ ਵਾਰ ਇਹ ਮੂੰਹ ਨਹੀਂ ਹਿਲਾਉਂਦਾ ਉਸਨੂੰ, ਨਾ ਹੀ ਬਾਹਰ ਕੱਢ ਸਕਦਾ ਅਤੇ ਨਾ ਹੀ ਗਦਾਲੀ ਕਰਦਾ ਅਤੇ ਨਾ ਹੀ ਕੁਛ ਹੋਰ ਕਰਦਾ ਜੀ। ਜਦੋਂ ਇਹ ਢਿੱਲਾ ਮੱਠਾ ਹੋ ਜਾਂਦਾ ਤਾਂ ਇਸਦਾ ਜੋ ਟ੍ਰੀਟਮੈਂਟ ਆ ਉਹ ਵੀ ਕੋਈ ਆਮ ਡਾਕਟਰ ਨਹੀਂ ਕਰਦਾ, ਜੋ ਕਿ ਸਪੈਸ਼ਲਿਸਟ ਘੋੜਿਆਂ ਦੇ ਨੇ ਉਸਨੂੰ ਹੀ ਦਿਖਾਇਆ ਜਾਂਦਾ, ਤੋ ਜੋ ਇੰਜੈਕਸ਼ਨ ਵਗੈਰਾ ਨੇ ਇਸਦੀ ਗਰਦਨ ਦੇ ਵਿੱਚ ਜਾਂ ਨਾੜ ਦੇ ਵਿੱਚ ਜਿੱਦਾਂ ਵੀ ਲਗਾਉਣਾ, ਤਾਂ ਉਹ ਬੜਾ ਹੀ ਧਿਆਨ ਦੇ ਨਾਲ ਇਸਦਾ ਟ੍ਰੀਟਮੈਂਟ ਕੀਤਾ ਜਾਂਦਾ, ਕੋਈ ਵੀ ਅਣਗਹਿਲੀ ਕਰਨ ਦੇ ਉੱਤੇ ਘੋੜੇ ਦੀ ਜਾਨ ਜਾ ਸਕਦੀ ਹੈ ਜੀ। ਤੁਸੀਂ ਜਦੋਂ ਇਹਨਾਂ ਨੂੰ ਟ੍ਰੇਨਿੰਗ ਵਗੈਰਾ ਦਿੰਦੇ ਹੋ ਇਹਨਾਂ ਨੂੰ ਬਾਏ ਨੇਮ ਰੱਖਦੇ ਹੋ ਉਹਨਾਂ ਦੇ? ਹਾਂ ਜੀ, ਸਾਰਿਆਂ ਦੇ ਨਾਮ ਨੇ ਜੀ ਜੀ, ਇਕੱਲੇ ਇਕੱਲੇ ਜਾਨਵਰ। ਮੈਂ ਚਾਹੁੰਦਾ ਤੁਸੀਂ ਨਾਮ ਦੱਸ ਹੀ ਦਿਓ ਨਾਲ ਨਾਲ ਵੀਡੀਓ ਦੇ ਵਿੱਚ। ਜੋ ਸਭ ਤੋਂ ਪਰਲੀ ਸਾਈਡ ਖੜੀ ਆ ਉਸਦਾ ਨਾਮ ਆ ਜੀ ਸਹਿਬਾ ਜੀ, ਤੇ ਉਹ ਉਸਦੀ ਖਾਸੀਅਤ ਆ ਉਹਦੇ 1 ਅੱਖ ਹੈ ਜੀ, ਘੋੜੀ ਦੇ ਮਾਂ ਦੇ ਪੇਟ ਵਿੱਚੋਂ ਹੀ 1 ਅੱਖ ਹੀ ਆ, 1 ਅੱਖ ਹੈ, ਮਨਾਖੀ ਹੈ ਜੀ, ਤੇ ਇਹ ਉਸਦੀਆਂ ਦੋਨੋਂ ਡਾਟਰ ਨੇ, ਇਹ ਦੋਨੋਂ ਉਸਦੀਆਂ ਬੱਚੀਆਂ ਨੇ, ਆਹ ਉਸਦੀ ਵੱਡੀ ਹੈ, ਇਸਦੇ ਦੋਨੋਂ ਅੱਖਾਂ ਨੇ ਹੈਗੀਆਂ, ਤੇ ਜਿਹੜੀ ਆਹ ਬਛੇਰੀ ਹੈ ਇਸਦਾ ਨਾਮ ਹੈ ਸੁਖਮਨੀ ਤੇ ਇਸਦਾ ਨਾਮ ਹੈ ਨੂਰੀ ਜੀ। ਜੋ ਸੁਖਮਨੀ ਹੈ ਉਸਦੇ ਵੀ ਮਾਂ ਦੇ ਪੇਟ ਦੇ ਵਿੱਚੋਂ ਹੀ 1 ਅੱਖ ਆਈ ਹੈ, ਤੇ ਜੋ ਉਹਦੇ ਅੱਖ ਜਿਸ ਸਾਈਡ ਦੀ ਅੱਖ ਨਹੀਂ ਹੈਗੀ ਇਸਦੀ ਵੀ ਉਹ ਸਾਈਡ ਦੀ ਅੱਖ ਨਹੀਂ ਹੈਗੀ ਜੀ। ਇਹਦੀ ਬਾਬਾ ਜੀ ਇੱਕ ਚੀਜ਼ ਮੈਨੂੰ ਹੋਰ ਵੀ ਦੱਸੋ ਵੀ ਜਿਹੜੇ ਘੋੜੀਆਂ ਰੱਖਦੇ ਆ ਇਹਦੀ ਹਾਈਟ ਵਗੈਰਾ ਦੀ ਵੀ ਕੀ ਹੁੰਦੀ ਹੈ, ਵੀ ਜਿਵੇਂ ਆਪਾਂ ਕਹਿੰਦੇ ਹਾਂ ਵੀ ਡੋਗਸ ਵਗੈਰਾ ਜਿਹੜੇ ਰੱਖਦੇ ਆ ਉਹਨਾਂ ਦੀ ਵੀ ਆਹ ਨਸਲ 'ਚੋਂ ਜਿਹੜੀ ਕੋਈ ਵੀ ਬਰੀਡ ਤਿਆਰ ਹੁੰਦੀ ਹੈ ਇਹ ਪਿਓਰ ਹੈ ਇਹ ਨਹੀਂ, ਪਰ ਜਿਹੜੀ ਪਿਓਰ ਬਰੀਡ ਹੈ ਇਹਨਾਂ ਦੀ ਮਤਲਬ ਕੀ ਹੁੰਦੀ ਹੈ, ਹਾਈਟ ਵਗੈਰਾ ਇਹਨਾਂ ਦੀ ਕਿੰਨੀ ਹੁੰਦੀ ਹੈ, ਕੀ ਇਹਨਾਂ ਦੀ ਪਰਖ ਕੀ ਹੈ ਵੀ ਜਿਹੜਾ ਆਹ ਚੀਜ਼ ਜ਼ਿਆਦਾ ਪਿਓਰ ਹੈ? ਜੋ ਹਾਈਟ ਹੈ ਜੀ, ਹਾਈਟ ਇੱਕ ਜਾਨਵਰ ਦੇ ਆਪਣੇ ਮਾਂ ਬਾਪ ਦੇ ਹਿਸਾਬ ਦੇ ਨਾਲ ਹੈ ਜੀ। ਇਸ ਘੋੜੀ ਦਾ ਨਾਮ ਹੈ ਤਾਂ ਸੁਰਖਾਵ ਹੈ, ਪਰ ਪਿਆਰ ਦੇ ਨਾਲ ਅਸੀਂ ਇਸਨੂੰ ਹਾਥੀ ਵੀ ਬੁਲਾ ਲੈਂਦੇ ਹਾਂ ਜੀ। ਇਸਦਾ ਇਹ ਬਛੇਰਾ ਖੜਾ ਹੈ, ਅਤੇ ਜੋ ਪਰਲੀ ਸਾਈਡ ਖੜੀ ਹੈ ਉਹ ਇਸਦੀ ਮਦਰ ਹੈ ਜੀ। ਤੁਸੀਂ ਦੇਖੋਗੇ ਇਸਦੀ ਮਾਂ ਦਾ ਜੋ ਕੱਦ ਹੈ ਉਹ ਸਿਰਫ ਬਹੁਤ ਛੋਟੇ ਕੱਦ ਦੀ ਘੋੜੀ ਹੈ ਜੀ, ਤੋ ਹਾਲਾਂਕਿ ਇਹ ਉਸਦੀ ਮਾਂ ਲੱਗਦੀ ਹੈ, ਔਰ ਇਹ ਦੋਨੋਂ ਭੈਣਾਂ ਨੇ ਗੀਆਂ, ਇਸਦਾ ਨਾਮ ਹੈ ਬੇਗਮ ਜੀ, ਤੇ ਇਹ ਦੋਨੋਂ ਸਕੀਆਂ ਭੈਣਾਂ ਨੇ ਬਾਪ ਵੱਲੋਂ ਵੀ ਤੇ ਮਾਂ ਵੱਲੋਂ ਵੀ ਜੀ। ਇਸਦਾ ਕੱਦ ਇਸ ਵਕਤ ਸਾਡੀਆਂ ਸਾਰੀਆਂ ਘੋੜੀਆਂ ਦੇ ਵਿੱਚੋਂ ਤਕੜੀ ਘੋੜੀ ਹੈ, ਤੇ ਜੋ ਸਾਡੀ ਆਹ ਬਛੇਰੀ ਖੜੀ ਹੈ ਨੂਰੀ ਇਸਦਾ ਕੱਦ ਸਾਡੀਆਂ ਸਾਰੀਆਂ ਘੋੜੀਆਂ ਦੇ ਵਿੱਚੋਂ ਉੱਪਰ ਹੈ ਜੀ। ਜੀ ਜੀ, ਅਤੇ ਬਾਬਾ ਜੀ ਜਿਹੜੀ ਆਹ ਬਰੀਡ ਦੀ ਆਪਾਂ ਗੱਲ ਕਰੀਏ ਵੀ ਸਾਰੇ ਨੌਕਰੇ ਨੇ ਇਹਨਾਂ ਦਾ, ਇੱਕ ਹੋਰ ਕਿਹੜੀਆਂ ਕਿਹੜੀਆਂ ਨਸਲਾਂ ਇਹਨਾਂ ਦੇ ਵਿੱਚ ਹੁੰਦੀਆਂ ਘੋੜੀਆਂ ਦੇ ਵਿੱਚ? ਨੁਕਰਾ ਵੈਸੇ ਤਾਂ ਇੱਕ ਬਰੀਡ ਨਹੀਂ ਹੈ, ਨੁਕਰਾ ਇੱਕ ਜੋ ਮਾਰਵਾੜ ਦੀ ਨਸਲ ਹੈ ਜੀ, ਮਾਰਵਾੜ ਹੋ ਗਿਆ, ਅਤੇ ਉਦੋਂ ਸਿੰਧੀ, ਸਿੰਧੀ ਦੇ ਵਿੱਚ ਕਈ ਵਾਰ ਚਿੱਟੇ ਜਾਨਵਰ ਵੀ ਸੀਗੇ ਮਾਰਵਾੜ ਦੇ ਵਿੱਚ ਵੀ, ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਵੇਲੇ ਦਾ ਪੰਜਾਬ ਤਸ਼ੱਦਦ ਆਹ ਘਾਲਣਾ ਘਾਲ ਰਿਹਾ ਨੁਕਰੇ ਨੂੰ ਜੀ, ਜੋ ਕਿ ਆ
ਬੜਪਣ ਦੇਣ ਦੇ ਲਈ ਜੀ। ਨੁਕਰਾ ਉਸ ਵਕਤ ਤੋਂ ਲੈ ਕੇ ਹੁਣ ਤੱਕ ਇਸ ਦੀ ਜੋ ਨਸਲ ਹੈ ਉਹ ਸੁਧਰੀ ਹੈ। ਨੁਕਰਾ ਹੁਣ ਜਾ ਕੇ ਸਾਡੇ ਬਰੀਡ ਦੇ ਵਿੱਚ ਆ ਗਿਆ, ਜੋ ਕੰਪੀਟੀਸ਼ਨ ਹੈ ਜਾਂ ਕੁਛ ਵੀ ਇਸ ਵਕਤ ਪੰਜਾਬ ਦੇ ਵਿੱਚ ਇਹਨਾਂ ਦਾ ਬਹੁਤ ਜ਼ਿਆਦਾ ਟ੍ਰੈਂਡ ਹੈ। ਪਹਿਲਾਂ ਮਤਲਬ ਕਿ ਇਹਨੂੰ ਬਰੀਡ ਨਹੀਂ ਮੰਨਦੇ ਸੀਗੇ ਜੀ? ਬਿਲਕੁਲ, ਇਹ ਇੱਕ ਬਰੀਡ ਇਨਸਾਨ ਦੁਆਰਾ ਤਿਆਰ ਕੀਤੀ ਗਈ ਬਰੀਡ ਹੈ ਜੀ। ਜੀ ਜੀ, ਮਤਲਬ ਕਿ ਤੁਸੀਂ, ਤੁਹਾਡੇ ਕਹਿਣ ਤੋਂ ਭਾਵ ਜਿਹੜੀ ਸਿੰਧ ਨਸਲ ਹੈ ਜਾਂ ਮਾਰਵਾੜੀ ਨਸਲ ਹੈ ਉਹਨਾਂ ਦੇ ਸੁਮੇਲ 'ਚ ਇਹ ਜਿਹੜਾ ਤਿਆਰ ਕੀਤਾ ਗਿਆ ਨੁਕਰਾ ਬਰੀਡ ਤਿਆਰ ਹੋਈ ਹੈ ਜੀ। ਅਤੇ ਇਹਦੀ ਬਾਬਾ ਜੀ ਪਰਖ ਕੀ ਹੈ, ਪਰਖ ਵਗੈਰਾ ਇਹਨਾਂ ਦੀ ਕੀ ਹੈ? ਪਰਖ ਇਸਦੀ ਹੈ ਜੀ, ਨੁਕਰੇ ਦੀ ਜੋ ਪਰਖ ਹੈ ਬਿਲਕੁਲ ਵਾਈਟ ਹੁੰਦਾ ਜੀ, ਅਤੇ ਜ਼ਿਆਦਾਤਰ ਇਹਦੇ ਵਿੱਚ ਜਿੱਦਾਂ ਤੁਸੀਂ ਦੇਖੋਗੇ ਇਸਦੇ ਵਿੱਚ ਸਪੋਟ ਨੇ, ਸਪੋਟ ਵੀ ਆਉਂਦੇ ਨੇ ਨੁਕਰੇ ਦੇ ਵਿੱਚ, ਪਰ ਇੱਕ ਸਪੋਟਲੈਸ ਨੁਕਰਾ ਵੀ ਹੁੰਦਾ, ਜਿਸ ਤਰ੍ਹਾਂ ਕਿ ਸਾਡੀ ਆਹ ਘੋੜੀ ਹੈ ਬਿਲਕੁਲ ਵਾਈਟ ਹੈ, ਇਸਦੇ ਵਿੱਚ ਕੋਈ ਸਪੋਟ ਨਹੀਂ, ਅਤੇ ਉਹ ਪਿਛਲੀ ਸਾਈਡ ਬਛੇਰਾ ਖੜਾ ਬੱਚਾ, ਹਲੇ 14 ਮੰਥ ਉਸਦੀ ਏਜ ਹੈ, ਅਤੇ ਉਸਦੇ ਵਿੱਚ ਵੀ ਕੋਈ ਸਪੋਟ ਨਹੀਂ, ਬਿਲਕੁਲ ਦੁੱਧ ਵਰਗਾ ਚਿੱਟਾ ਬਛੇਰਾ ਜੀ। ਸੋ ਬਾਬਾ ਜੀ, ਜਿਹੜੀ ਮੈਂ ਪਹਿਲਾਂ ਵੀ ਗੱਲ ਕਰ ਰਿਹਾ ਸੀਗਾ ਵੀ ਜਿਹੜੇ ਆਪਾਂ ਫੋਰਨ ਦੇ ਹਾਰਸ ਰਾਈਡਰ ਦੇਖਦੇ ਹਾਂ ਜਾਂ ਆਪਣੇ ਇੱਧਰ ਵੀ ਆ, ਉਹਨਾਂ ਕੋਲ ਜਿਹੜੇ ਹਾਰਸ ਹੁੰਦੇ ਆ ਉਹ ਸਟਰੈਂਥ 'ਚ ਵੀ ਕਾਫੀ ਚੌੜੇ ਲੱਗਦੇ ਆ, ਅਤੇ ਉਹਨਾਂ ਦੀ ਜਿਹੜੀ ਤਾਲ ਹੈ ਪੂਛ ਜਿਹੜੀ ਆਪਾਂ ਕਹਿੰਦੇ ਹਾਂ ਉਹ ਜ਼ਿਆਦਾ ਲੰਬੀ ਹੁੰਦੀ ਆ। ਇਹ ਵੀ ਕੋਈ ਨਸਲ ਵਗੈਰਾ ਦਾ ਫਰਕ ਹੁੰਦਾ ਜਾਂ ਕੋਈ ਇਹਨੂੰ ਉਵੇਂ ਤਿਆਰ ਕਰਵਾਉਣਾ ਪੈਂਦਾ? ਆਪੋ ਆਪਣੀ ਬਰੀਡ ਹੈ ਜੀ, ਜੋ ਬਾਹਰ ਨੇ ਅਰਬੀ ਨਸਲ ਵੀ ਪਾਈ ਜਾਂਦੀ ਹੈ ਅਤੇ ਥੋਰੋ ਬਰੀਡ ਵੀ ਪਾਈ ਜਾਂਦੀ ਹੈ। ਜੋ ਥੋਰੋ ਹੈ ਉਹਦੀ ਬਿੱਡ ਵੱਡੀ ਹੈ, ਜੋ ਬਣਦਰ ਹੈ ਉਹ ਕਾਫੀ ਜ਼ਿਆਦਾ ਵੱਡੀ ਹੁੰਦੀ ਹੈ, ਅਤੇ ਉਹਨਾਂ ਦਾ ਜੋ ਖਾਣ ਪੀਣ ਹੈ ਉਹ ਵੀ ਡਾਇਟ ਵੀ ਇਹਨਾਂ ਨਾਲੋਂ ਵੱਧ ਹੁੰਦੀ ਹੈ ਉਹ ਜਾਨਵਰਾਂ ਦੀ, ਅਤੇ ਸਟੈਮਿਨਾ ਵੀ ਉਹਨਾਂ ਦਾ ਥੋੜ੍ਹਾ ਜ਼ਿਆਦਾ ਹੁੰਦਾ, ਉਹ ਰਾਈਡ ਦੇ ਵਿੱਚ ਜ਼ਿਆਦਾ ਵਰਤੇ ਜਾਣ ਵਾਲੇ ਜਾਨਵਰ ਨੇ। ਇਹਨੂੰ ਕੋਈ ਫੀਡ ਵਗੈਰਾ ਵੀ ਪਾਉਂਦੇ ਤੁਸੀਂ? ਨਹੀਂ, ਇਹਨਾਂ ਨੂੰ ਫੀਡ ਨਹੀਂ ਪਾਉਂਦੇ ਜੀ, ਇਹਨਾਂ ਨੂੰ ਸਿਰਫ ਦੇਸੀ ਖਾਣਾ ਆਪਣਾ ਜੋ ਛੋਲੇ ਜਵੀ ਜੌਂ। ਕਿੰਨੀ ਕੁ ਮਾਤਰਾ ਦੇ ਵਿੱਚ? ਮੈਂ ਕਹਿੰਦਾ ਵੀ ਸਾਰਾ ਕੁਝ ਇੱਕ ਦਿਨ ਦੇ ਵਿੱਚ 3 ਤੋਂ 4 ਕਿਲੋ ਦਾਣਾ ਪੈ ਜਾਂਦਾ ਜੀ। ਜੀ, ਜਿਹੜੀ ਤੁਸੀਂ ਮਤਲਬ ਕਿ ਟ੍ਰੇਨਿੰਗ ਵਗੈਰਾ ਦਿੰਦੇ ਹੋ ਹਾਰਸ ਨੂੰ, ਉਹ ਕਿਸ ਪ੍ਰਕਾਰ ਦੀ ਹੁੰਦੀ? ਕਿਉਂਕਿ ਜਿਵੇਂ ਆਪਾਂ ਸੁਣਨਾ ਚਾਹੁੰਦੇ ਹਾਂ ਵੀ ਮਾੜੇ ਬੰਦੇ ਨੂੰ ਕਹਿੰਦੇ, ਆਪਣੇ ਬਜ਼ੁਰਗ ਕਹਿੰਦੇ ਵੀ ਘੋੜੀ ਉੱਪਰ ਬੈਠਣ ਨਹੀਂ ਦਿੰਦੀ ਛੇਤੀ। ਜੀ ਬਿਲਕੁਲ, ਅਤੇ ਇਹਦੇ ਤੁਸੀਂ ਕਿਵੇਂ ਟ੍ਰੇਨ ਵਗੈਰਾ ਕਰਦੇ ਹੋ ਇਹਨਾਂ ਨੂੰ? ਇਸ ਨੂੰ ਟ੍ਰੇਨ ਕਰਨ ਦਾ ਆਪਣਾ ਆਪਣਾ ਤਰੀਕਾ ਹੁੰਦਾ ਜੀ, ਹਰ ਇੱਕ ਸਵਾਰ ਦਾ, ਜਿਸ ਤਰ੍ਹਾਂ ਮਾਲਕ ਦੇ ਉੱਤੇ ਡਿਪੈਂਡ ਕਰਦਾ ਉਹ ਆਪਦੇ ਘੋੜੇ ਨੂੰ ਕੀ ਤਿਆਰ ਕਰਾਉਣਾ ਚਾਹੁੰਦਾ ਹੈ। ਜਿਸ ਤਰ੍ਹਾਂ ਅਸੀਂ ਕਿਸੇ ਦੇ ਵੈਸੇ ਜਾਨਵਰ ਤਿਆਰ ਨਹੀਂ ਕਰਦੇ ਘਰ ਜਾ ਕੇ, ਅਗਰ ਕਿਸੇ ਨੇ ਜਾਨਵਰ ਤਿਆਰ ਕਰਾਉਣਾ ਹੁੰਦਾ ਤਾਂ ਸਾਡੇ ਕੋਲ ਛੱਡ ਕੇ ਜਾਂਦੇ ਨੇ ਜੀ। ਇਹ ਸਾਡਾ ਕਰਮਜੀਤ ਸਿੰਘ ਵੱਡਾ ਭਰਾ, ਜਿਨ੍ਹਾਂ ਦੇ ਨਾਲ ਸਾਡਾ ਬਹੁਤ ਜ਼ਿਆਦਾ ਪ੍ਰੇਮ ਹੈ ਜੀ, ਜਿੱਥੇ ਆਪਾਂ ਇਸ ਤਰ੍ਹਾਂ ਜਿਨ੍ਹਾਂ ਦੇ ਘਰ ਖੜੇ ਹਾਂ ਖੜੇ ਹਾਂ ਜੀ, ਅਤੇ ਜਿਹੜੇ ਜਾਨਵਰ ਨੇ ਜੀ ਇਹਨਾਂ ਦੇ ਨਾਲ ਪਹਿਲਾਂ ਪ੍ਰੇਮ ਪਾਉਣਾ ਪੈਂਦਾ ਹੌਲੀ ਹੌਲੀ ਜੀ, ਅਤੇ ਕੁਛ ਸਮੇਂ ਦੇ ਵਿੱਚ ਹੀ ਪੈ ਜਾਂਦਾ। ਜਿਸ ਤਰ੍ਹਾਂ ਦਾ ਜਾਨਵਰ ਅੜਬ ਹੋਏਗਾ ਜਾਂ ਇਹਦੀ ਕੀ ਤਿਆਰੀ ਕਰਨੀ ਹੈ, ਰੇਬੀਆ ਛਪੱਟਾ ਰਿਵਾਲ ਚਾਲ ਕੱਢਣੀ ਹੈ ਜਾਂ ਨੱਚਣਾ ਸਿਖਾਉਣਾ ਜਾਂ ਕੁਛ ਵੀ ਸਲਾਮੀ ਹੈ ਮੱਥਾ ਟੇਕਣਾ ਸਿਖਾਉਣਾ, ਤਾਂ ਉਸ ਤਰੀਕੇ ਦੇ ਨਾਲ ਜਾਨਵਰ ਤਿਆਰ ਕਰਨਾ ਪੈਂਦਾ ਜੀ। ਤੁਸੀਂ ਇਹ ਜਿਹੜੀਆਂ ਚੀਜ਼ਾਂ ਆਪਾਂ ਦੇਖਦੇ ਹਾਂ ਵੀਡੀਓਜ਼ ਵੀ ਕਾਫੀ ਵਾਇਰਲ ਹੁੰਦੀਆਂ ਵੀ ਜਿਹੜੀ ਘੋੜੀ ਹੈ ਜਾਂ ਘੋੜਾ ਹੈ ਮਹਾਰਾਜ ਦੇ ਸਰੂਪ ਨੂੰ ਵੀ ਆਪਾਂ ਕਈ ਵੀਡੀਓ 'ਚ ਦੇਖਿਆ, ਮੱਥਾ ਟੇਕਦੇ ਵੀ ਦੇਖਿਆ, ਜਾਂ ਜਿਵੇਂ ਤੁਸੀਂ ਭੰਗੜੇ ਦੀ ਗੱਲ ਕਰੇ ਆ, ਕਈ ਨਿਹੰਗ ਸਿੰਘ ਕਿਤੇ ਜਾਂਦੇ ਹੁੰਦੇ ਭੰਗੜਾ ਵੀ ਪਾਉਂਦੇ ਆ, ਉਹ ਸਾਰਾ ਤੁਸੀਂ ਤਿਆਰ ਕਰਦੇ ਹੋ ਜੇ ਕਿਸੇ ਨੇ ਕਰਵਾਉਣਾ ਹੋਵੇ? ਬਿਲਕੁਲ ਜੀ ਬਿਲਕੁਲ। ਇਹਨੂੰ ਕਿੰਨਾ ਕੁ ਸਮਾਂ ਲੱਗਦਾ, ਕੀ ਇਹਦੀ ਟ੍ਰੇਨਿੰਗ ਹੁੰਦੀ ਹੈ? ਘੱਟੋ ਘੱਟ ਅਗਰ ਜਾਨਵਰ ਨੂੰ ਆਪਾਂ ਸਿਰਫ ਚਾਲ ਦੇ ਵਿੱਚ ਤਿਆਰ ਕਰਨਾ ਤਾਂ ਇਹ 20 ਤੋਂ 25 ਦਿਨਾਂ ਦੇ ਵਿੱਚ ਜਾਨਵਰ ਤਿਆਰ ਹੋ ਜਾਂਦਾ ਸਿਰਫ ਚਾਲ ਦੇ ਵਿੱਚ। ਅਗਰ ਰੇਬੀਆ ਵਗੈਰਾ ਦੇ ਵਿੱਚ ਜੋ ਫਾਸਟ ਰੇਬੀਆ ਤੋਰਦੇ ਨੇ ਸਿਰਫ ਰੇਬੀਆ ਚਾਲ ਦੇ ਵਿੱਚ ਘੋੜੇ ਤਿਆਰ ਕਰਨੇ ਹੋਣ ਤਾਂ ਉਸਨੂੰ ਥੋੜ੍ਹਾ ਜ਼ਿਆਦਾ ਸਮਾਂ ਲੱਗ ਜਾਂਦਾ, ਜਿਨ੍ਹਾਂ ਨੇ ਕੰਪੀਟੀਸ਼ਨਾਂ ਵਗੈਰਾ ਦੇ ਵਿੱਚ ਪਾਉਣੇ ਹੁੰਦੇ ਨੇ ਜੀ। ਅਗਰ ਇਹ ਜਾਨਵਰ ਤਿਆਰ ਕਰਨਾ ਕਿਸੇ ਦਾ ਘਰ ਦੇ ਵਿੱਚ ਖੜਾ ਜਾਨਵਰ ਆ, ਜਿਸ ਤਰ੍ਹਾਂ ਇਹ ਘੋੜੀ ਸੀਗੀ, ਇਹ ਸਭ ਤੋਂ ਅੜਬ ਘੋੜੀ ਸੀਗੀ ਇਸ ਫਾਰਮ ਦੀ ਜੀ, ਅਤੇ ਸਭ ਤੋਂ ਵੱਡੇ ਹੋਣ ਦੇ ਵਿੱਚ ਇਸਦਾ ਐਟੀਟਿਊਡ ਵੀ ਸਭ ਤੋਂ ਵੱਧ ਹੈ, ਅਤੇ ਇਹ ਘੋੜੀ ਅਸੀਂ ਨੇ 11 ਦਿਨਾਂ ਦੇ ਵਿੱਚ ਚਾਲੂ ਕੱਢ ਲਈ ਸੀਗੀ ਜੀ। ਅਤੇ ਇੱਕ ਜਿਵੇਂ ਆਪਾਂ ਕਹਿੰਦੇ ਵੀ ਕੰਨ ਜੋੜ ਕੇ ਜਿਹੜੀ ਘੋੜੀ ਖੜਦੀ ਆ, ਉਹ ਇਹਨਾਂ ਦਾ ਇਹ ਵੀ ਕੋਈ ਡਿਫੈਂਸ ਹੁੰਦਾ? ਬਿਲਕੁਲ, ਇਹਨਾਂ ਦੀ ਜੋ ਕੰਨ ਨੇ ਕੰਨਾਂ ਦੇ ਉੱਤੇ ਇਹਨਾਂ ਦੀ ਸ਼ਕੀਨੀ ਡਿਪੈਂਡ ਕਰਦੀ ਹੈ ਜੀ। ਜੋ ਫੋਰਨ ਦੇ ਘੋੜੇ ਨੇ ਉਹਨਾਂ ਦਾ ਕਿਸੇ ਦਾ ਕੰਨ ਨਹੀਂ ਜੁੜਦਾ, ਇੰਡੀਆ ਦਾ ਘੋੜਾ ਹੀ ਕੰਨ ਜੋੜਦਾ। ਕੰਨਾਂ ਦੇ ਵਿੱਚ ਵੀ ਇਹਨਾਂ ਦੀ ਖੂਬਸੂਰਤੀ ਮਾਰਵਾੜ ਦੀ ਅੱਡ ਹੈ, ਨੁਕਰਿਆਂ ਦੀ ਅੱਡ ਹੈ, ਅਤੇ ਕਾਠਿਆਵਾੜ ਦੀ ਅਲੱਗ ਅਲੱਗ ਹੁੰਦੀ ਹੈ ਜੀ ਜੀ। ਜੋ ਸਿੰਧੀ ਘੋੜਾ ਉਸਦੇ ਕੰਨ ਖੁੱਲ੍ਹੇ ਹੁੰਦੇ ਨੇ ਜੀ, ਅਤੇ ਮਾਰਵਾੜੀ ਦੇ ਕੰਨ ਕੁੰਡੇ ਹੁੰਦੇ ਨੇ, ਅਤੇ ਜੋ ਕਾਠਿਆਵਾੜ ਆ ਉਸਦੇ ਕੰਨ ਸਭ ਤੋਂ ਵੱਧ ਖੂਬਸੂਰਤ ਅਤੇ ਕੁੰਡੀ ਵਾਲੇ ਮੰਨੇ ਜਾਂਦੇ ਨੇ ਜੀ ਜੀ ਜੀ। ਅਤੇ ਬਾਬਾ ਜੀ, ਜਿਵੇਂ ਆਪਾਂ ਕੰਪੀਟੀਸ਼ਨ ਦੀ ਗੱਲ ਕਰੀਏ, ਤੁਸੀਂ ਕਹਿੰਦੇ ਹੋ ਕਈ ਲੋਕ ਜਿਹੜੇ ਆ ਕੰਪੀਟੀਸ਼ਨਾਂ 'ਚ ਲੈ ਕੇ ਜਾਂਦੇ ਆ, ਹੈ ਨਾ, ਉਹ 'ਚ ਕੀ ਕੁਛ ਦੇਖਿਆ ਜਾਂਦਾ ਜਦੋਂ ਕੋਈ ਆਪਾਂ ਕੋਈ ਘੋੜੀ ਜਾਂ ਘੋੜਾ ਕੰਪੀਟੀਸ਼ਨ ਦੇ ਵਿੱਚ ਲੈ ਕੇ ਜਾਂਦੇ ਆ, ਉਹ ਕਿਹੜੀਆਂ ਕਿਹੜੀਆਂ ਚੀਜ਼ਾਂ ਦੇਖ ਕੇ ਮਤਲਬ ਕਿ ਉਹਨੂੰ ਫਸਟ ਸੈਕਿੰਡ ਵਗੈਰਾ ਕੱਢਦੇ ਆ? ਜੋ ਘੋੜੇ ਨੇ ਜੀ ਉਹਨਾਂ ਦੇ ਅਗਰ ਨੁਕਰਾ ਤਾਂ ਸਪੋਰਟਰ ਵੀ ਦੇਖਦੇ ਆ, ਉਹਦੇ ਸਪੋਰਟਲੈਸ ਦੇਖਿਆ ਜਾਂਦਾ, ਉਸਦੀ ਬਿੱਡ ਬਣਤਰ ਦੇਖੀ ਜਾਂਦੀ ਹੈ, ਉਹ ਉਸਦੀ ਜੋ ਸੁਨੱਖਾਪਣ ਹੈ ਉਹ ਵੇਖਿਆ ਜਾਂਦਾ ਕਿ ਇਸਦਾ ਪਿੱਠ ਪੁੜਾ ਹੈ, ਕਿੰਨਾ ਕੁ ਉੱਚਾ ਹੈ, ਕਿੰਨਾ ਕੁ ਨੀਵਾਂ ਹੈ, ਜੋ ਪੈਰ ਦੀ ਗਮਚੀ ਹੈ, ਸੁੰਬ ਦਾ ਸਾਈਜ਼ ਹੈ, ਅੰਦਰੋਂ ਸੁੰਬ ਕਿੰਨਾ ਕੁ ਜ਼ਿਆਦਾ ਚੰਗਾ ਹੈ ਜਾਂ ਮਾੜਾ ਹੈ, ਅਤੇ ਜੋ ਘੋੜੀ ਦਾ ਫੇਸ ਹੈ ਉਹ ਕਿੰਨਾ ਕੁ ਪਤਲਾ ਹੈ ਔਰ ਕਿੰਨਾ ਕੁ ਮੋਟਾ ਹੈ,
ਜੋ ਗਰਦਨ ਆ, ਗਰਦਨ ਦੀ ਬਰੀਕੀ ਹੁੰਦੀ ਹੈ, ਗਰਦਨ ਦੇ ਮਣਕੇ ਦੀ ਬਰੀਕੀ ਹੁੰਦੀ ਹੈ ਵੀ ਉਹ ਕਿੰਨੀ ਕੁ ਜ਼ਿਆਦਾ ਹੈ ਅਤੇ ਕੰਨਾਂ ਦੀ ਖੂਬਸੂਰਤੀ ਕਿੰਨੀ ਕੁ ਹੈ ਜੀ। ਕਈ ਗੱਲਾਂ ਬਾਬਾ ਜੀ ਸਾਨੂੰ ਸਮਝ ਆ ਗਈਆਂ, ਜਿਹੜੀਆਂ ਕਈ ਇਹੋ ਜਿਹੇ ਸ਼ਬਦ ਨੇ ਜਿਹੜੇ ਮੈਂ ਕਦੇ ਨਹੀਂ ਸੁਣੇ, ਉਹ ਮੈਂ ਚਾਹੁੰਦਾ ਵੀ ਤੁਸੀਂ ਸਾਡੇ ਦਰਸ਼ਕਾਂ ਨੂੰ ਵੀ ਦੱਸ ਦਿਓ, ਜਿਹੜਾ ਤੁਸੀਂ ਗੁੰਚਾ ਉਹ ਸ਼ਬਦ ਲਏ ਸੀ ਨਾ, ਉਹ ਕਿਹੜੀ ਕਿਹੜੀ ਚੀਜ਼ ਨੂੰ ਕਿਹਾ ਜਾਂਦਾ, ਤਾਂ ਜੋ ਅਗਲਾ ਜੇ ਕਿਸੇ ਨੇ ਕੋਈ ਰੱਖਣਾ ਤਾਂ ਉਹਨੂੰ ਪੁਆਇੰਟ ਪਤਾ ਹੋਣ। ਇਹ ਗਮਚੀ ਦੇਖੋ ਜੀ, ਜੋ ਕਿ ਘੋੜੇ ਦਾ ਪੈਰ ਹੈ ਜੀ, ਉਸਦੇ ਉੱਪਰ ਜੋ ਗਿੱਟਾ ਕਹਿ ਦਿੰਦੇ ਆ ਉਸਨੂੰ ਗਮਚੀ ਕਿਹਾ ਜਾਂਦਾ ਜੀ, ਹੈ ਨਾ। ਤੇ ਜਿਹੜਾ ਸੁੰਬ ਹੈ ਉਹ ਘੋੜੇ ਦੇ ਪੈਰ ਨੂੰ ਸੁੰਬ ਕਿਹਾ ਜਾਂਦਾ ਜੀ, ਵੀ ਉਸਦੀ ਠੂਠੀ ਕਿੰਨੀ ਕੁ ਹੈ ਜਾਂ ਪੈਰ ਕਿੰਨਾ ਕੁ ਸੁਨੱਖਾ ਹੈ, ਕਿੰਨਾ ਕੁ ਹੈਵੀ ਹੈ, ਕਿੰਨਾ ਚੌੜਾ ਹੈ ਜੀ। ਤੇ ਜੋ ਪਿੱਠ ਦਾ ਪੁੜਾ ਹੈ ਉਹ ਉਸਦਾ ਪੁੜਾ ਆਖਿਆ ਜਾਂਦਾ, ਜੋ ਪਿੱਠੇ ਜੋ ਜਿੱਥੇ ਪੂੰਛ ਹੈ, ਪੂੰਛ ਦਾ ਉੱਪਰਲਾ ਪੁੜਾ ਹੈ ਜੀ, ਵੀ ਉਹ ਕਿੰਨਾ ਕੁ ਉੱਚਾ ਹੈ ਅਤੇ ਕਿੰਨਾ ਕੁ ਨੀਵਾਂ ਹੈ, ਉਹ ਪੁੜੇ ਦੀ ਬਣਤਰ ਹੁੰਦੀ ਹੈ। ਜੋ ਗਰਦਨ ਹੈ ਉਹ ਗਰਦਨ ਦੀ ਬਰੀਕੀ ਹੈ, ਅਤੇ ਕੰਨ ਕਿੰਨੇ ਕੁ ਕੁੰਡੇ ਨੇ, ਅਤੇ ਫੇਸ ਕਿੰਨਾ ਕਿਸ ਦਾ ਮੋਟਾ ਹੈ ਜੀ। ਜੀ ਜੀ। ਅਤੇ ਬਾਬਾ ਜੀ ਇਹਨੂੰ ਮੈਡੀਕਲ ਪ੍ਰੋਬਲਮ ਕੀ ਕੁਛ ਆਉਂਦੀ ਹੈ ਜਦੋਂ ਕੁਛ ਤੁਸੀਂ ਇੰਨੇ ਟਾਈਮ ਤੋਂ? ਅਗਰ ਘੋੜੇ ਦੀ ਸਹੀ ਦੇਖ ਰੇਖ ਕੀਤੀ ਜਾ ਰਹੀ ਹੈ ਤਾਂ ਸਾਡਾ ਮੰਨਣਾ ਇਹ ਹੈ ਕਿ ਇਸ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ। ਅਗਰ ਇਸ ਨੂੰ ਪ੍ਰੋਬਲਮ ਆਉਂਦੀ ਹੈ, ਕਿਉਂਕਿ ਜੋ ਜੰਗਲਾਂ ਦੇ ਵਿੱਚ ਘੋੜੇ ਹੁੰਦੇ ਨੇ ਉਹ ਛੇਤੀ ਉਹਨਾਂ ਨੂੰ ਕਿਉਂ ਨਹੀਂ ਪ੍ਰੋਬਲਮ ਆਉਂਦੀ, ਕਿਉਂਕਿ ਉਹ ਆਪਦਾ ਜੀਵਨ ਆਪਣੀ ਮਰਜ਼ੀ ਨਾਲ ਬਤੀਤ ਕਰਦੇ ਨੇ। ਇਹ ਇੱਕ ਘੋੜਾ ਇੱਕ ਬਹੁਤ ਜ਼ਿਆਦਾ ਸਮਝਦਾਰ ਜਾਨਵਰ ਹੈ ਜੋ ਕਿ ਇੱਦਾਂ ਹੀ ਕੁਛ ਨਹੀਂ ਖਾਂਦਾ। ਇਹਨੂੰ ਅਗਰ ਸਾਡੀ ਦੇਖ ਰੇਖ ਦੇ ਵਿੱਚ ਕੋਈ ਅਣਗਹਿਲੀ ਹੁੰਦੀ ਹੈ ਤਾਂ ਘੋੜੇ ਨੂੰ ਪ੍ਰੋਬਲਮ ਆਉਂਦੀ ਹੈ। ਅਗਰ ਇਸ ਨੂੰ ਕੋਈ ਨੀਰਾ ਪੱਠਾ ਝਾਰੇ ਬਿਨਾਂ ਪੈਂਦਾ ਹੈ ਜਾਂ ਮਿੱਟੀ ਜਾਂਦੀ ਹੈ ਅੰਦਰ, ਜਿਸ ਤਰ੍ਹਾਂ ਕਿ ਹੁਣ ਫੀਡ ਦਾ ਟ੍ਰੈਂਡ ਬੜਾ ਚੱਲ ਰਿਹਾ, ਘੋੜੇ ਜ਼ਿਆਦਾਤਰ ਫੀਡ ਦੇ ਨਾਲ ਨਹੀਂ ਪਲਦੇ ਹੁੰਦੇ। ਅਗਰ ਕਿਸੇ ਵੀ ਸੱਜਣ ਨੇ ਘੋੜਾ ਜੰਗੀ ਤਰੀਕੇ ਨਾਲ ਪਾਲਣਾ, ਮਜ਼ਬੂਤ ਘੋੜਾ ਪਾਲਣਾ, ਤਾਂ ਉਹ ਦੇਸੀ ਜੋ ਆਪਣੇ ਖਾਣ ਪੀਣ ਹੈ ਅਤੇ ਮਾਲਸ਼ਾਂ ਨੇ ਘੋੜੇ ਦੀਆਂ ਉਹਨਾਂ ਦੇ ਨਾਲ ਪਾਲਿਆ ਜਾਂਦਾ। ਫੀਡ ਵਗੈਰਾ ਦੇ ਸਿਰ 'ਤੇ ਕਦੇ ਵੀ ਘੋੜਾ ਨਹੀਂ ਪਲਦਾ ਹੁੰਦਾ, ਕਿਉਂਕਿ ਇਹਨਾਂ ਦੇ ਨਾਲ ਇੱਕ ਫੁਲਾਵਟ ਆਉਂਦੀ ਆ ਸਰੀਰ ਦੇ ਵਿੱਚ, ਜਿਸ ਦੇ ਨਾਲ ਘੋੜਾ ਵੱਡਾ ਅਤੇ ਮੋਟਾ ਜਲਦੀ ਦਿਖਣ ਲੱਗ ਜਾਂਦਾ, ਤਿਆਰ ਹੋ ਜਾਂਦਾ, ਪਰ ਜਿਸ ਦੇ ਨਾਲ ਘੋੜੇ ਦੀ ਸਵਾਰੀ ਜਾਂ ਰਾਈਡਿੰਗ ਵਾਲੇ ਘੋੜੇ ਪਾਸ ਨਹੀਂ ਹੁੰਦੇ ਉਸ ਜੀ। ਸੋ ਮਾਲਸ ਦੀ ਗੱਲ ਹੋਈ ਸੀ, ਮਾਲਸੇ ਦੀ ਕਿਵੇਂ ਕਰਦੇ ਹੋ ਤੁਸੀਂ? ਕਈ ਲੋਕ ਖਰਖਰਾ ਵੀ ਮਾਰਦੇ ਆ, ਉਹਦਾ ਕੀ ਕੀ ਪ੍ਰੋਸੀਜਰ ਕੀ ਹੁੰਦਾ ਉਸ ਵਾਲੀ ਚੀਜ਼ ਦਾ? ਘੋੜੇ ਦੀ ਮਾਲਸ਼ ਹੈ ਜੀ, ਉਹ ਖਰਖਰੇ ਦੇ ਨਾਲ ਹੀ ਕੀਤੀ ਜਾਂਦੀ ਹੈ ਜੀ। ਖਰਖਰਾ ਲਾਉਣ ਦਾ ਵੀ ਆਪੋ ਆਪਣਾ ਤਰੀਕਾ ਹੁੰਦਾ, ਘੋੜੇ ਦੇ ਸਾਰੇ ਪਿੰਡੇ ਦੇ ਉੱਤੇ ਜੋ ਖਰਖਰਾ ਚੰਗੀ ਤਰ੍ਹਾਂ ਘਿਸਣਾ ਚਾਹੀਦਾ ਜੀ, ਅਤੇ ਉਸ ਤੋਂ ਬਾਅਦ ਜੋ ਆਪਾਂ ਮਾਲਸ਼ ਕਰਦੇ ਹਾਂ ਕੱਪੜੇ ਦੇ ਨਾਲ ਵੀ ਕੀਤੀ ਜਾਂਦੀ ਹੈ ਜੀ, ਤੇ ਰਾਈਡਿੰਗ ਤੋਂ ਬਾਅਦ ਹੱਥ ਦੇ ਨਾਲ ਵੀ ਮਾਲਸ਼। ਸੌਰੀ ਬਾਬਾ ਜੀ ਟੋਕ ਰਿਹਾ, ਕੋਈ ਤੇਲ ਘਿਓ ਉਸ ਚੀਜ਼ ਦੀ ਕਰਦੇ ਆਪਾਂ? ਉਸ ਦੀ ਕੋਈ ਮਾਲਸ਼ ਨਹੀਂ ਹੁੰਦੀ, ਸੁੱਕੇ ਹੱਥਾਂ ਨਾਲ ਮਾਲਿਸ਼ ਕੀਤੀ ਜਾਂਦੀ ਹੈ ਘੋੜੇ ਦੀ ਜੀ। ਅਗਰ ਆਪਾਂ ਇਸ ਨੂੰ ਨਵਾਉਂਦੇ ਹਾਂ, ਸਾਫ਼ ਸੁਥਰਾ ਰੱਖਦੇ ਹਾਂ, ਕੋਈ ਇਹਦੇ ਪਿੰਡੇ ਦੇ ਉੱਤੇ ਤੇਲ ਵਗੈਰਾ ਲਗਾਉਣਾ ਚਾਹੁੰਦੇ, ਉਹਦੀ ਮਾਲਿਸ਼ ਕਰਦੇ ਹਾਂ, ਤਾਂ ਗਲਤ ਤਰੀਕਾ ਉਹ ਵੀ ਕੁਛ ਨਹੀਂ, ਉਸ ਦੇ ਨਾਲ ਘੋੜੇ ਨੂੰ ਬੈਨੀਫਿਟ ਹੀ ਹੁੰਦੇ ਨੇ, ਕੋਈ ਨੁਕਸਾਨ ਨਹੀਂ ਹੁੰਦਾ ਜੀ। ਪਰ ਜੋ ਘੋੜੇ ਦੀ ਮਾਲਿਸ਼ ਹੈ ਜਾਂ ਕੁਛ ਵੀ ਹੈ, ਉਹ ਖਰਖਰਾ ਹੱਥ ਦੇ ਨਾਲ ਅਤੇ ਇੱਕ ਕੱਪੜੇ ਦੇ ਨਾਲ ਹੀ ਕੀਤੀ ਜਾਂਦੀ ਹੈ ਜੀ। ਅਤੇ ਇਹ ਅਲੱਗ 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 ਟਾਈਪ ਨਾਲ ਇਹ ਟ੍ਰੇਨ ਕਰਨਾ ਪੈਂਦਾ, ਜੇ ਕਿਸੇ ਨੇ ਸ਼ੋਅ ਵਾਸਤੇ ਤਿਆਰ ਕਰਨਾ ਤਾਂ ਅਲੱਗ, ਜੇ ਕਿਸੇ ਨੇ ਮਤਲਬ ਕਿ ਹਾਰਸ ਰਾਈਡਿੰਗ ਵਾਸਤੇ ਤਿਆਰ ਕਰਨਾ ਤਾਂ ਅਲੱਗ ਜੀ। ਜੋ ਸ਼ੋਅ ਵਾਸਤੇ ਘੋੜਾ ਤਿਆਰ ਕਰਨਾ ਹੈ ਜੀ, ਉਸਦੀ ਮਿਹਨਤ ਬਹੁਤ ਜ਼ਿਆਦਾ ਆ ਆਮ ਜਾਨਵਰ ਦੇ ਨਾਲ, ਕਿਉਂਕਿ ਸ਼ੋਅ ਦੇ ਵਿੱਚ ਜੋ ਜਾਨਵਰ ਹੈ ਉਹ ਬਿਲਕੁਲ ਵੀ ਲਿਬੜਿਆ ਨਹੀਂ ਹੁੰਦਾ, ਅਤੇ ਬਹੁਤ ਜ਼ਿਆਦਾ ਉਹ ਸਾਂਭ ਕੇ ਰੱਖਣਾ ਪੈਂਦਾ, ਨਵਾਉਣ ਧਵਾਉਣ ਦਾ, ਉਹਦੇ ਦਾਗ ਧੱਪੇ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਂਦਾ। ਸ਼ੋਅ ਵਾਲੇ ਘੋੜੇ ਨੂੰ ਸ਼ੁਰੂ ਤੋਂ ਹੀ ਇਸਦੀ ਕੇਅਰ ਬਹੁਤ ਚੰਗੀ ਤਰ੍ਹਾਂ ਕਰਨੀ ਪੈਂਦੀ ਹੈ, ਕਿਉਂਕਿ ਇਸ ਨੂੰ ਨਵਾ ਧਵਾ ਕੇ ਜ਼ਿਆਦਾ ਰੱਖਣਾ ਪੈਂਦਾ ਜੀ, ਦਾਗ ਤੋਂ ਬਚਾ ਕੇ ਰੱਖਣਾ ਪੈਂਦਾ। ਅਗਰ ਦਾਗ ਲੱਗਦਾ ਤਾਂ ਉਹ ਦਾਗ ਤੁਹਾਡਾ ਪੱਕਣਾ ਨਹੀਂ ਚਾਹੀਦਾ ਘੋੜੇ 'ਤੇ। ਇਹ ਮਤਲਬ ਕਿ ਇਹ ਵੀ ਰੱਖਣਾ ਪੈਂਦਾ, ਜਿਹੜਾ ਫਰਸ਼ ਵਗੈਰਾ ਆਪਾਂ ਰੱਖਦੇ ਹਾਂ ਕੋਈ ਪੱਕਾ ਕੱਚਾ, ਇਹਦਾ ਵੀ ਅਸਰ ਪੈਂਦਾ? ਜ਼ਿਆਦਾਤਰ ਘੋੜੇ ਕੱਚੇ ਦੇ ਵਿੱਚ ਰਹਿੰਦੇ ਨੇ ਜੀ, ਪੱਕੇ ਦੇ ਵਿੱਚ ਅਗਰ ਆਪਾਂ ਰੱਖਦੇ ਹਾਂ ਤਾਂ ਘੋੜਿਆਂ ਨੂੰ ਇੱਕ ਪ੍ਰੋਬਲਮ ਆਉਂਦੀ ਹੈ, ਪੱਕੇ ਦੇ ਵਿੱਚ ਇਸਦੇ ਕਛਰੈਲੀ ਹੋ ਜਾਂਦੀ ਹੈ ਜੀ, ਜੋ ਕਿ ਉਹ ਵੱਡੀ ਘੋੜੀ ਆ ਹਾਥੀ ਉਸਦੇ ਹੋਈ ਹੋਈ ਹੈ ਜੀ। ਜੀ ਉਹ 'ਚ ਕੀ ਪ੍ਰੋਬਲਮ ਕੀ ਹੁੰਦੀ? ਉਸਦੀ ਜੋ ਕੱਚ ਹੈ ਜਿਸਦੇ ਵਿੱਚ ਇਸਦਾ ਕਮਾਸ ਵੱਧ ਜਾਂਦਾ, ਜੋ ਕਿ ਜਾਂ ਤਾਂ ਉਹ ਫਿਰ ਓਪਰੇਸ਼ਨ ਦੇ ਨਾਲ ਕੱਟਿਆ ਜਾਂਦਾ ਉਦੋਂ ਠੀਕ ਹੁੰਦਾ, ਅਦਰਵਾਈਜ਼ ਉਹ ਠੀਕ ਨਹੀਂ ਹੁੰਦਾ ਜੀ। ਇਹ ਮੈਂ ਸੁਣਿਆ ਆਪ ਵੀ ਮੈਂ ਕਾਫੀ ਊਂ ਜਾਨਵਰਾਂ ਦੇ ਵਿੱਚ ਵੀ ਪ੍ਰੋਬਲਮ ਆਉਂਦੀ ਹੈ ਇਹ ਜੀ। ਬਿਲਕੁਲ ਜੀ। ਅਤੇ ਬਾਬਾ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਘੋੜੀਆਂ ਤਿਆਰ ਕਰਦਿਆਂ ਨੂੰ? ਸਾਨੂੰ ਘੋੜਿਆਂ ਸਿਰਫ ਤਿਆਰ ਕਰਦਿਆਂ ਨੂੰ 8 ਸਾਲ ਹੋ ਗਏ ਜੀ। ਜੀ ਵੀ ਤਿਆਰ ਕਰਦਿਆਂ ਨੂੰ ਜੀ ਜੀ, ਆਪਦੇ ਆਪ ਮੈਨੂੰ ਰਾਈਡਿੰਗ ਵਗੈਰਾ ਕਰਦੇ ਨੂੰ 10 ਤੋਂ 12 ਸਾਲ ਹੋ ਗਏ ਜੀ। ਜੀ ਕਿੰਨੇ ਕੁ ਜਿਹੜੇ ਘੋੜੇ ਨੇ ਜਾਂ ਬਛੇਰੇ ਤੁਹਾਡੇ ਕੋਲ ਇਸ ਟਾਈਮ ਅਵੇਲੇਬਲ ਹੈਗੇ ਨੇ? ਇਸ ਵਕਤ ਉਰੇ ਸਾਡੇ ਕੋਲ ਜਿਹੜੇ 2 ਬਛੇਰੇ ਨੇ ਜੀ, ਅਤੇ 3 ਘੋੜੀਆਂ ਨੇ ਅਤੇ ਬਾਕੀ 2 ਬਛੇਰੀਆਂ ਨੇ ਜੀ। ਜੀ। ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਸਮਾਂ ਦੇਣ ਲਈ ਸਾਨੂੰ। ਬਿਲਕੁਲ ਬਾਈ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਾਬਾ ਜੀ ਲਾਈਨ ਦੱਸਿਓ ਆਪਣੇ ਕੋਲ ਕਿਹੜੀ ਕਿਹੜੀ ਲਾਈਨ ਹੈ? ਇਹ ਆਪਣੇ ਕੋਲ ਸੂਰਿਆ ਵਾਲੀ ਲਾਈਨ ਦੀ ਬੱਚੀ ਹੈ ਜੀ, ਆਹ ਵੀ ਸੂਰਿਆ ਵਾਲੇ ਖਾਨਦਾਨ ਦੀ ਜਿਹੜੀ ਪਰਲੀ ਹੈ, ਇਹ ਵੀ ਸਾਰੇ ਸੂਰਿਆ ਵਾਲੇ ਖਾਨਦਾਨ ਦੀਆਂ ਨੇ ਜੀ। ਤਿੰਨੇ ਨੁਕਰਾਂ ਦੇ ਵਿੱਚ ਸੂਰ ਵਾਲਾ ਅਤੇ ਅਬੋਹਰ ਵਾਲੀਆਂ ਲਾਈਨਾਂ ਨੇ ਜੀ, 2 ਜਿਹੜੀਆਂ ਨੁਕਰੇ ਘੋੜਿਆਂ ਦੇ ਵਿੱਚ ਮਸ਼ਹੂਰ ਨੇ ਜੀ। ਆਪਣੇ ਕੋਲ ਦੋਨੋਂ ਲਾਈਨਾਂ ਦੇ ਬੱਚੇ ਨੇ ਜੀ।
ਤੇ ਬਾਬਾ ਜੀ ਇਹ ਮਤਲਬ ਕਿ ਮੋਟਾਪਾ ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀ ਪੁੱਛਿਆ ਸੀ ਸਵਾਲ ਜੀ ਮੋਟਾਪਾ ਨਹੀਂ ਆਉਣ ਦਿੰਦੀ ਇਹ ਹਾਊਸ ਰਾਈਡਿੰਗ ਜਿਹੜਾ ਬੰਦਾ ਘੋੜ ਸਵਾਰੀ ਕਰਦਾ ਜੀ ਉਹਦਾ ਨਾ ਹੀ ਕਦੇ ਕੱਦ ਛੋਟਾ ਰਹਿੰਦਾ ਤੇ ਨਾ ਹੀ ਉਹਦਾ ਕਦੇ ਢਿੱਡ ਵੱਧਦਾ ਕੀ ਕਾਰਨ ਜੀ ਇਸਦਾ ਕਾਰਨ ਇਹ ਹੈ ਜੋ ਘੋੜਾ ਹੈ ਘੋੜਾ ਜੋ ਚੱਲਦਾ ਤਾਂ ਸਾਰੇ ਸਰੀਰ ਦੇ ਜੋ ਅੰਗ ਨੇ ਉਹ ਹਰਕਤ ਦੇ ਵਿੱਚ ਆਉਂਦੇ ਨੇ ਲੱਤਾਂ ਹੱਥ ਸਿਰ ਤੋਂ ਲੈ ਕੇ ਪੈਰਾਂ ਤੱਕ ਸਾਰਾ ਜਿਹੜਾ ਸਰੀਰ ਹੈ ਉਹ ਹਰਕਤ ਦੇ ਵਿੱਚ ਆਉਂਦਾ ਅਤੇ ਸਾਰਾ ਜੋ ਸਾਡੇ ਖੂਨ ਦਾ ਇਕੱਲਾ ਇਕੱਲਾ ਤਿਣਕਾ ਜਾਂ ਕੁਛ ਵੀ ਹੈ ਇਕੱਲਾ ਇਕੱਲਾ ਅੰਗ ਹਿਲਦਾ ਜਿਸ ਦੇ ਨਾਲ ਸਾਡਾ ਸਰੀਰ ਹੈ ਜੋ ਹਿਲਦਾ ਜੁਲਦਾ ਰਹਿੰਦਾ ਅਤੇ ਜੋ ਪੇਟ ਦੀ ਹੈ ਜ਼ਿਆਦਾ ਕਸਰਤ ਪੇਟ ਦੀ ਹੁੰਦੀ ਹੈ ਹਾਊਸ ਰਾਈਡਿੰਗ ਦੇ ਹੋਰ ਕੀ ਨੁਕਤੇ ਆ ਜਿਵੇਂ ਹੁਣ ਲਾ ਲਓ ਜੇ ਆਪਾਂ ਇਹ ਤੇਜ਼ ਭਜਾਉਣੀ ਹੋਵੇ ਜੀ ਫਿਰ ਇਹਦੇ ਕੀ ਕਰਦੇ ਆਪਾਂ ਜੇ ਉਹ ਰੇਬੀਆ ਚਾਲ ਦਾ ਜੋ ਬੰਦੇ ਦਾ ਬੈਲੈਂਸ ਹੈ ਉਹ ਅਲੱਗ ਬਣਦਾ ਜੀ ਜੋ ਛਪੱਟਾ ਦੌੜ ਦਾ ਬੈਲੈਂਸ ਹੈ ਉਹ ਅਲੱਗ ਬਣਦਾ ਜਿਸ ਦੇ ਵਿੱਚ ਕਈ ਵਾਰ ਲੋਕ ਲੱਤਾਂ ਵੀ ਘੁੱਟ ਲੈਂਦੇ ਨੇ ਲੱਤਾਂ ਖੋਲ੍ਹ ਕੇ ਵੀ ਜੋ ਪੱਟ ਨੇ ਇਹਨਾਂ ਦਾ ਜ਼ੋਰ ਵੀ ਲੱਗਦਾ ਇਹਨਾਂ ਨੂੰ ਖੋਲ੍ਹ ਕੇ ਜੋ ਲੱਤਾਂ ਨੇ ਉਹ ਖੋਲ੍ਹ ਲੈਂਦੇ ਹੋ ਛਪੱਟਾ ਦੌੜ ਦੇ ਵਿੱਚ ਜੋ ਬੈਲੈਂਸ ਆ ਬਹੁਤ ਸੌਖਾ ਬੈਲੈਂਸ ਮੈਂ ਇੱਕ ਸੌਰੀ ਤੁਹਾਨੂੰ ਰੋਕ ਰਿਹਾ ਇਹ ਮਣੀਆਂ ਖੋਲ੍ਹ ਕੇ ਦੱਸੋ ਵੀ ਕਿਹੜੀ ਕਿਹੜੀਆਂ ਦੌੜਾਂ ਹੁੰਦੀਆਂ ਨੇ ਦੌੜ ਇੱਕ ਛਪੱਟਾ ਦੌੜ ਹੈ ਜੀ ਜਿਹੜੀ ਸਭ ਤੋਂ ਫਾਸਟ ਜੋ ਘੋੜੇ ਭੱਜਦੇ ਨੇ ਉਹ ਛਪੱਟਾ ਦੌੜ ਦੇ ਵਿੱਚ ਭੱਜਦੇ ਨੇ ਜਿਸ ਦੇ ਵਿੱਚ ਡਬਲ ਲੱਤਾਂ ਹੀ ਕੰਮ ਕਰਦੀਆਂ ਨੇ ਘੋੜੇ ਦੀਆਂ ਸਟੈਪ ਬਾਈ ਸਟੈਪ ਜਿਸ ਨੂੰ ਕੁੱਤਾ ਚਾਲ ਵੀ ਕਹਿੰਦੇ ਨੇ ਜੋ ਦੋ ਪੈਰ ਪਹਿਲਾਂ ਚੱਲਦਾ ਦੋ ਪੈਰ ਫੇਰ ਚੱਲਦਾ ਰੇਬੀਆ ਚਾਲ ਦੇ ਵਿੱਚ ਜੋ ਘੋੜੇ ਦੇ ਪੈਰ ਨੇ ਉਹ ਚਾਰੇ ਪੈਰ ਅਲੱਗ ਅਲੱਗ ਚੱਲਦੇ ਨੇ ਜੀ ਸੋ ਇਹ ਸੀ ਬਾਬਾ ਜੀ ਹਰੀ ਸਿੰਘ ਜੀ ਜਿਨ੍ਹਾਂ ਨੇ ਆਪਣਾ ਕੀਮਤੀ ਟਾਈਮ 'ਚ ਸਾਨੂੰ ਟਾਈਮ ਦਿੱਤਾ ਅਤੇ ਸਾਨੂੰ ਘੋੜਿਆਂ ਬਾਰੇ ਕਾਫੀ ਜਿਹੜੀ ਮਹੱਤਵਪੂਰਨ ਜਾਣਕਾਰੀ ਹੈ ਉਹ ਦਿੱਤੀ ਹੈ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਪਲੀਜ਼ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਹੋਰ ਵੀ ਜੇ ਕੋਈ ਤੁਹਾਡੇ ਕੋਲ ਕਾਬਲ ਬੰਦਾ ਜਾਂ ਚੰਗੀ ਸ਼ਖਸੀਅਤ ਹੈ ਜਿਹਦੀ ਅਸੀਂ ਇੰਟਰਵਿਊ ਤੁਹਾਡੇ ਲਈ ਲੈ ਕੇ ਆ ਸਕਦੇ ਹਾਂ ਤਾਂ ਉਹਨਾਂ ਦਾ ਨੰਬਰ ਜਾਂ ਪਤਾ ਸਾਨੂੰ ਜ਼ਰੂਰ ਸਾਂਝਾ ਕਰੋ ਕਮੈਂਟ 'ਚ ਜਾਂ ਇਨਬੋਕਸ 'ਚ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ